ਦੋਸਤੋ ਜਦੋਂ ਕਿ ਸਾਨੂੰ ਪਤਾ ਹੈ ਕਿ ਕੋਵਿਡ ਏਰਾ ਦੇ ਵਿੱਚ ਅਸੀਂ ਕੰਟੀਨਿਊ ਪੰਜਾਬ 'ਚ ਚੱਲ ਰਹੇ ਹਾਂ ਅਤੇ ਕੁਝ ਦਿਨਾਂ ਤੋਂ ਸਾਡੇ ਕੇਸਿਸ ਕੁਝ ਵੱਧ ਗਏ ਨੇ ਅਤੇ ਇਹਦੇ ਵਿੱਚ ਜਿਹੜੀ ਇੱਕ ਐਨ ਜੀ ਓ ਹੈ ਸੇਵਾ ਸੰਕਲਪ ਉਹਨਾਂ ਨਾਲ ਉਹਨਾਂ ਨੇ ਡੀ ਐਮ ਸੀ ਦੀ ਫੈਕਲਟੀ ਅਤੇ ਸਾਡੇ ਨਾਲ ਮਿਲ ਕੇ ਇੱਕ ਮੁਹਿੰਮ ਚਲਾਈ ਹੈ ਜਿਹਦੇ ਪ੍ਰੈਜੀਡੈਂਟ ਆਪਣੇ ਸੁਰਜੀਤ ਪਾਤਰ ਨੇ ਡਾਕਟਰ ਅਤੇ ਡਾਕਟਰ ਮਿਸਟਰ ਹਰਪ੍ਰੀਤ ਸੰਧੂ ਨੇ ਜੋ ਕਿ ਬਹੁਤ ਹੀ ਐਕਟਿਵ ਹੋ ਰਹੇ ਨੇ ਇਹਦੇ ਵਿੱਚ ਅਤੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਕਮਿਊਨਿਟੀ ਪਾਰਟੀਸਪੇਸ਼ਨ ਨੂੰ ਅੱਗੇ ਵਧਾਇਆ ਜਿਹਦੇ ਨਾਲ ਅਸੀਂ ਕੋਵਿਡ ਦੀ ਪ੍ਰੀਵੈਂਸ਼ਨ ਬਾਰੇ ਲੋਕਾਂ ਨੂੰ ਗੱਲ ਫੈਲਾ ਸਕੀਏ ਅਤੇ ਇਹਦੇ ਵਾਸਤੇ ਅਸੀਂ ਕਈ ਸਕੂਲਾਂ ਵਿੱਚ ਡੀ ਐਮ ਸੀ ਦੀ ਫੈਕਲਟੀ ਅਤੇ ਜਿਹੜੇ ਸੇਵਾ ਸੰਕਲਪ ਦੇ ਐਕਟਿਵ ਮੈਂਬਰ ਸੀਗੇ ਅਤੇ ਮਿਸਟਰ ਸੰਧੂ ਉਹ ਜਗ੍ਹਾ ਜਗ੍ਹਾ 'ਤੇ ਜਾ ਕੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਕੋਵਿਡ ਦੀ ਪ੍ਰੀਵੈਂਸ਼ਨ ਦੀ ਅਵੇਅਰਨੈਸ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਉਸਦਾ ਇੱਕ ਮਹੀਨਾ ਹੋ ਗਿਆ ਅਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਐਕਟੀਵਿਟੀ ਕੀਤੀਆਂ ਨੇ ਇਹਦੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਕਿ ਜਿਹੜਾ ਮਾਸਕ ਹੈਗਾ ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਨੱਕ ਅਤੇ ਉੱਪਰ ਕਵਰ ਕਰਨਾ ਪ੍ਰੋਪਰ ਮਾਸਕ ਆਪਣਾ ਪਹਿਨਣਾ ਹੈ ਦੂਸਰਾ ਆਪਣੇ ਹੈਂਡ ਵਾਸ਼ ਹੈ ਜਿਹੜੇ ਘੱਟੋ ਘੱਟ 20 ਸੈਕਿੰਡ ਨੂੰ ਚੰਗੀ ਤਰ੍ਹਾਂ ਵਾਸ਼ ਕਰਨੀ ਹੈ ਬਾਰ ਬਾਰ ਇਹਨੂੰ ਧੋ ਤਾਂ ਕਿ ਇਨਫੈਕਸ਼ਨ ਨਾ ਫੈਲੇ ਦੂਸਰਾ ਜਦੋਂ ਵੀ ਇੱਕ ਦੂਸਰੇ ਤੋਂ ਕੋਲੇ ਜਾਂਦੇ ਹਾਂ ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਤਾਂ ਸਾਡੀ ਜਿਹੜੀ ਦੂਰੀ ਹੈ ਘੱਟੋ ਘੱਟ 2 ਗਜ਼ ਹੋਣੀ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਜਿਹੜੀ ਸਾਡੀ ਇਨਫੈਕਸ਼ਨ ਹੈ ਦੂਸਰੇ ਬੰਦੇ ਨਾਲ ਨਹੀਂ ਫੈਲੇਗੀ ਅਤੇ ਉਹਦੀ ਇਨਫੈਕਸ਼ਨ ਸਾਡੇ ਨਹੀਂ ਆਏਗੀ ਜੇ ਅਸੀਂ ਪ੍ਰੋਪਰ ਮਾਸਕ ਹੈਂਡ ਹਾਈਜਨ ਅਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਰੱਖਦੇ ਹਾਂ ਤਾਂ 95% ਅਸੀਂ ਇਨਫੈਕਸ਼ਨ ਤੋਂ ਬਚ ਸਕਦੇ ਹਾਂ ਚੌਥੀ ਚੀਜ਼ ਹੈ ਵੀ ਕਿਸੇ ਵੀ ਚੀਜ਼ ਨੂੰ ਵਾਰ ਵਾਰ ਨੱਕ ਮੂੰਹ ਨੂੰ ਅੱਖ ਨੂੰ ਨਾ ਲਗਾਓ ਤਾਂ ਕਿ ਜਿਹੜੀ ਇਨਫੈਕਸ਼ਨ ਹੈ ਇੱਕ ਦੂਸਰੇ 'ਤੇ ਨਾ ਆਵੇ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇੱਕ ਹੋਰ ਹੈ ਕਿ ਜਦੋਂ ਵੀ ਇਹਦੇ ਬਿਮਾਰੀ ਦੇ ਸਿਮਟਮ ਹੈ ਜਿੱਦਾਂ ਕਿ ਗਲਾ ਖਰਾਬ ਹੋਣਾ ਬੁਖਾਰ ਖਾਂਸੀ ਸਾਨੂੰ ਇਮੀਡੀਏਟਲੀ ਟੈਸਟਿੰਗ ਕਰਾਉਣੀ ਚਾਹੀਦੀ ਹੈ ਕਿਉਂਕਿ ਜੇ ਬਿਮਾਰੀ ਕੋਵਿਡ ਦੀ ਬਿਮਾਰੀ ਸਾਨੂੰ ਆ ਵੀ ਜਾਂਦੀ ਹੈ ਤਾਂ 95% ਇਹਦੇ ਵਿੱਚ ਸਕਸੈਸ ਰੇਟ ਹੈ ਅਤੇ ਜੇ ਪੇਸ਼ੈਂਟ ਐਡਮਿਟ ਵੀ ਹੁੰਦਾ 5% ਉਹਦੇ ਵਿੱਚੋਂ ਵੀ ਜ਼ਿਆਦਾਤਰ ਲੋਕ ਠੀਕ ਹੋ ਜਾਂਦੇ ਨੇ ਜੇ ਐਡਮਿਸ਼ਨ ਜਲਦੀ ਹੋ ਜਾਵੇ ਸਰ ਜਦੋਂ ਵੀ ਸਾਨੂੰ ਇਹ ਸਿਮਟਮ ਹੋਣ ਤਾਂ ਮੇਰੀ ਸਭ ਨੂੰ ਰਿਕੁਐਸਟ ਹੈ ਕਿ ਉਹ ਅਰਲੀ ਆਪਣੀ ਟੈਸਟਿੰਗ ਕਰਾਉਣ ਆਪਣੇ ਆਪ ਨੂੰ ਵੀ ਬਚਾਉਣ ਆਪਣੀ ਫੈਮਿਲੀ ਨੂੰ ਵੀ ਬਚਾਉਣ ਅਤੇ ਪੂਰੀ ਸੁਸਾਇਟੀ ਨੂੰ ਵੀ ਬਚਾਉਣ ਸੋ ਆਪਾਂ ਰਲ ਮਿਲ ਕੇ ਸੇਵਾ ਸੰਕਲਪ ਸੁਸਾਇਟੀ ਸਾਡੀ ਡੀ ਐਮ ਸੀ ਫੈਕਲਟੀ ਅਤੇ ਸਾਰੇ ਲੁਧਿਆਣਾ ਵਾਸੀ ਇਸ ਲੜਾਈ ਨੂੰ ਆਪਾਂ ਜਿੱਤੀਏ ਅਤੇ ਕੋਸ਼ਿਸ਼ ਕਰੀਏ ਕਿ ਇਹ ਜਿਹੜਾ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਹੈ ਕਰੋਨਾ ਮੁਕਤ ਲੁਧਿਆਣਾ ਬਣਾਈਏ ਧੰਨਵਾਦ।